अस्सलाम वालेकुम दोस्तों, तुसी वेख रहे हो एतमाद टीवी ते मैं तुहाडा दोस्त मोहम्मद आसिफ। दोस्तों तुहाडे वास्ते बहुत ही खूबसूरत एक मज लैके हाजिर होया। कैमरामैन मज खांदा, फिर आपां मालिक नाल गल करने। दोस्तों मज वेखण तों पहले साडे चैनल करो सबसक्राइब ते बैल आइकन बटन जरूर प्रेस करो ताकि साडी हर आवण वाली वीडियो तुहाडे तक पहुँच सके। कैमरामैन मज खा, फिर आपां मालिक नाल गल करने। छाड़ के थोड़ा जा टुरया। बस 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 उठा नामों बट कट्टी माशाल्लाह बड़ी तकड़ी कट्टी। चलो अस्सलाम वालेकुम जी। की हाल है चाचा? की नाम है चाचा? गुलाम मुस्तफा। गुलाम मुस्तफा। अच्छा चाचा का नाम दोस्तों गुलाम मुस्तफा है। चक नंबर 407 बख्तावर जो तहसील तांदले वाला जिला फैसलाबाद जिथे माज खड़ोती है। अच्छा चाचा माज कितवा सुबह सुई है? माज त्रिया सुबह। पक्की गल त्रिया सुबह? गारंटी ना? गारंटी ना। अच्छा ते कदों सोई है? रात 2 बजे। राती 2 बजे सोई है? 2 बजे। अच्छा ते चोई एक बारी कीती ने के 2 बजे? एक बारी मसला 2 से चोई 8 से। देर कितना टाइम हो पाई ने? 9:30 9 बजे दिन है। 9:30 बजे
दोस्तों माज तकरीबन चाचे होरियां दे पिंड दी 2 बजे राती सूई है, बिल्कुल ताजी सूई खड़ी है, कट्टी थानू दिखाई है ते थल्ले उवे नाड़ू है सू ते नौ कुछ जेर पाई ने ते हुण बाकी पुछना चाचा को कि जस्ट टाइम चोई ने कितना चोया ने 8 गडवियां चोईयां ना 8 लीटर 8 गडवियां चोया ने 8 लीटर चोया ने 8 लीटर चोया ते माज एक हिस्सा डक्की 2 हिस्से चोई ने एक हिस्सा डाक दित्ती ने ਤੇ 8 ਕਿਲੋ ਦੀ 8 ਕਿਲੋ ਪੱਕਾ ਦੁੱਧ 8 ਬਾਲ ਪਹਿਲਾ ਬਾਲ ਜਿਹੜਾ ਪਹਿਲਾ ਬਾਲ ਅੱਛਾ ਤੇ ਥੱਲੇ ਕੱਟੀ ਹੈ ਨਾ ਕੱਟੀ ਤੇ ਅੱਛਾ ਚਾਚਾ ਦਾ ਜਾਇਜ਼ ਮناسب ਰੇਟ ਜਿਹੜਾ ਇਹਨੂੰ ਦੱਸਿਆ ਜਿਹੜਾ ਪੱਕਾ 3 ਤੇਲਾ 3000 ਅੱਛਾ ਤੇ ਦੂਸਰੇ ਸੂਏ ਜਿਹੜਾ ਸੂਈ ਹੈ ਕਿੰਨਾ ਦੁੱਧ ਕਰਦੀ ਰਹੀ 14 15 ਸੇਲ 16 ਸੇਲ ਪੱਠਿਆਂ ਤੇ ਵੰਡੇ ਵੰਡੇ ਤੋਂ ਬਗਾਇਆ ਵੰਡਾ ਵੰਡੇ ਤੋਂ ਬਗਾਇਆ 14 15 ਕਿਲੋ 14 15 ਕਿਲੋ ਪੱਕੀ ਗੱਲ ਇਤਨਾ ਦਿੰਦੀ ਰਹੀ ਚਾਚਾ 15 16 ਲੀਟਰ ਬੜਾ ਦੁੱਧ ਬੜਾ ਪਿਛਲੀ ਅਗਾੜੀ ਫਾਲ ਨੂੰ ਤੇ ਪਿਛਲੇ ਥਣਾ ਦੋ ਅੱਛਾ ਹਾਂਜੀ ਹੁਣ ਇਸ ਵਾਰੀ ਇੱਕ ਅੰਦਾਜ਼ਾ ਕਰਨੀ ਤੇ ਅੱਲਾਹ ਤਾਲਾ ਦੀ ਹੁੰਦੀ ਕਿੰਨਾ ਤੁਹਾਡਾ ਅੰਦਾਜ਼ਾ ਤੁਸੀਂ ਦੁੱਧ ਦੇਣ ਦੀ ਸਾਰੀ ਜਮਾ ਜੋਣ ਆਪ ਦੇ ਜ਼ੋਰ ਸ਼ੋਰ ਵਿੱਚ ਮਾ 20 ਗੱਡੀਆਂ ਤੇ ਦੇਸੀ ਦੋਵਾਂ ਟਾਈਮਾਂ ਅੱਛਾ ਚਲੋ 20 ਨਹੀਂ ਤਾਂ ਜਿਵੇਂ ਮਾਸ਼ਾਅੱਲਾ ਮਾਜ ਦਾ ਕੱਦ ਬਹੁਤ ਹੈ ਨਾ ਤੇ 16 ਲੀਟਰ ਤਾਂ ਪੱਕਾ ਦੁੱਧ ਮੈਂ ਵੀ ਜਵਾਨੀ ਦੇ ਜ਼ੋਰ ਨਾਲ ਮੱਝੀ ਜਵਾਨੀ ਦੇ ਜ਼ੋਰ ਨਾਲ ਬਿਲਕੁਲ ਜੀ ਤੇ 16 ਲੀਟਰ ਤਾਂ ਦੋਸਤੋ ਜਿਵੇਂ ਮਾਜ ਦਾ ਕੱਦ ਬਹੁਤ ਤੇ ਨਜ਼ਰ ਆ ਰਿਹਾ ਵਾ ਨਾ ਮੈਂ ਮਾਸ਼ਾਅੱਲਾ ਦੇਵਾਂ ਵਾਲੀ ਮੈਨੂੰ ਵੀ ਨਜ਼ਰ ਆ ਰਹੀ ਹੈ ਤੇ ਬਾਕੀ ਤੁਸੀਂ ਵੇਖ ਲਓ ਤੁਹਾਡੀ ਪਸੰਦ ਦੀ ਗੱਲ ਤੇ ਚਾਚਾ ਜਿਹੜਾ ਰੇਟ ਹੈ ਨਾ 3,30,000 ਰੁਪਇਆ ਬਹੁਤ ਘਣਾ ਰੇਟ ਹੈ ਬੜੇ ਪੈਸੇ ਹੁੰਦੇ ਨੇ ਤੇ ਤੁਸੀਂ ਜਾਇਜ਼ ਮੁਨਾਸਬ ਪਿਆਰ ਵਾਲਾ ਖਰੀ ਤੁਹਾਨੂੰ ਦੱਸਿਆ ਵਿਚਾਰ ਆ ਤੂੰ ਮੈਂ ਤਾਂ ਤਰੀਫਾਂ ਘਣੀਆਂ ਹੀ ਕਰ ਛੱਡੀਆਂ ਤਰੀਫ ਤਾਂ ਰੱਬ ਦੀ ਜ਼ਾਤ ਦੀ ਹੁੰਦੀ ਹੈ ਬਾਕੀ ਤਰੀਫ ਜਿਹੜੀ ਲਾਇਕ ਹੋਵੇ ਉਹਨੀ ਕਰਨੀ ਵੀ ਚਾਹੀਦੀ 3,20 ਦੀ ਲੈ ਜਾ ਨਾ 3,20 ਜ਼ਿਆਦਾ ਚਾਚਾ ਅਖੀਰ ਵਾਲਾ ਆਖਰੀ ਰੇਟ ਪੱਕਾ ਜਾਂਦਾ ਬਸ ਮੋਰ ਤੋਂ ਨਹੀਂ ਮਿਲਦੀ ਜੀ ਜਾਂਦਾ ਫੇਸਬੁੱਕ ਤੇ ਤਿੰਦਾ ਜੀ ਹਾਂ ਤਿੰਦਾ ਜੀ ਤਿੰਦਾ ਜੀ ਉਹ ਦਾ ਉੱਤੇ ਕਿਉਂ ਰੱਖੀ ਖੜੇ ਹੋ ਉਹ ਦਾ ਰੱਖੀ ਖੜੇ ਆ ਗਏ ਕੋਈ ਮਾਜ ਦਾ ਖਰਚਾ ਕਰਸਾ ਨਾ ਪਰ ਕੋਈ ਕਾ ਗੱਲ ਦੱਸੋ ਚਾ ਵੀ ਪੂਰਾ ਤਿੰਨ ਤੂੰ ਕੱਟ ਨਹੀਂ ਦੇਣੀ ਮੈਂ ਨਾ ਇਸ ਤੂੰ ਵੀ ਗਾਟ ਕਰਕੇ ਨਾ ਨਹੀਂ ਚਾਚਾ ਜ਼ਿਆਦਾ 100 ਨਹੀਂ ਛੱਡਣਾ ਪੂਰੇ 3 ਲੱਖ ਅੱਛਾ ਤੇ ਇਹ ਦੂਸਰਾ 3 ਲੱਖ ਰੁਪਏ ਪੂਰੇ ਦੇ ਦੇਣੇ ਮੋਬਾਈਲ ਨੰਬਰ ਹੈ ਤੁਹਾਡਾ 0347 ਆ ਦਿਵਾ ਨੰਬਰ ਇੱਥੇ ਪਾਈ 0347 ਇਹਦੇ ਕੋਲ ਸੁਣੋ ਹੀ ਮੇਰਾ ਇੱਕ ਸਾਡਾ 0347 7931347 ਇਹ ਤੁਹਾਡਾ ਨੰਬਰ ਹੈ ਮੰਮਾ ਦੀ ਯਾਰ ਮੰਮਾ ਦੀ ਯਾਰ ਦਾ ਤੁਹਾਡੇ ਵਾਲ ਸਾਹ ਹਾਂਜੀ ਅੱਛਾ ਇਹ ਦੋਸਤੋ ਤੁਹਾਨੂੰ ਦੂਸਰੇ ਨੰਬਰ ਫਿਰ ਬੋਲੀ ਯਾਰ ਤੁਹਾਡਾ 0348 7931447 ਚਲੋ ਠੀਕ ਹੈ ਦੋਸਤੋ ਨੰਬਰ ਤੁਹਾਨੂੰ ਦੇ ਛੱਡਿਆ ਬਾਈ ਹੋਰਾਂ ਦਾ ਤੁਸੀਂ ਇਹਨਾਂ ਨਾਲ ਖੁਦ ਰਾਬਤਾ ਕਰ ਸਕਦੇ ਹੋ ਅਗਰ ਸਾਨੂੰ ਆਖੋ ਸਾਡੇ ਨਾਲ ਰਾਬਤਾ ਕਰਨਾ ਚਾਹੋ ਸਾਡੇ ਨਾਲ ਕਰ ਸਕਦੇ ਹੋ ਅੱਜ ਮਾਈ ਸੂਈ ਹੈ ਥੱਲੇ ਕੱਟੀ ਸੂ ਮਾਸ਼ਾਅੱਲਾ ਕੱਟੀ ਬਹੁਤ ਖੂਬਸੂਰਤ ਹੈ ਚੰਗੀ ਕਾਦ ਦਾ ਵਾਰ ਹੈ ਇੱਕ ਦਿਹਾੜੀ ਦੀ ਕੱਟੀ ਤੇ ਮਾਸ਼ਾਅੱਲਾ ਵੇਖ ਕੇ ਬਿਲਕੁਲ ਕੱਟੀ ਸੋਹਣੀ ਕਾਲੀ ਨੀਲ ਕਿਸੂ ਕਾਲੀ ਸਾਰੀ ਹੈ ਤੇ ਕਾਦ ਦਾ ਵਾਰ ਹੈ ਮਾਝੀ ਮਾਸ਼ਾਅੱਲਾ ਬੜੀ ਅੱਛੀ ਹੈ ਚੰਗੀ ਕਾਦ ਦਾ ਵਾਰ ਹੈ ਦੁੱਧ ਅੱਗੇ ਨਸੀਬਾਂ ਨਾਲ ਹੁੰਦਾ ਇਹਨੇ ਜਿਤਨਾ ਕੁ ਮੇਰੀ ਨਜ਼ਰ ਅੰਦਾਜ਼ ਆਇਆ ਕਿ 16 ਲੀਟਰ ਤੋਂ ਮਾਝ ਮਾਸ਼ਾਅੱਲਾ ਆਮ ਰੂਟੀਨ ਨਾਲ ਦੇਸੀ ਅਗਰ ਤੁਸੀਂ ਖੁਰਾਕ ਕਰਦੇ ਹੋ ਤਾਂ ਦੁੱਧ ਮਾਸ਼ਾਅੱਲਾ ਦੇਵੇਗੀ ਅੱਗੇ ਦੋਸਤੋ ਤੁਹਾਡੀ ਮਰਜ਼ੀ ਪਸੰਦ ਦੀ ਹੈ ਪਸੰਦ ਕਰਕੇ ਖਰੀਦ ਸਕਦੇ ਹੋ ਦੋਸਤੋ ਸਾਡੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਖੁਦਾ ਹਾਫਿਜ਼